ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਰਸੋਈ ਦੇ ਵਿੱਚ। ਫਰੈਂਡਸ, ਅੱਜ ਅਸੀਂ ਬਣਾਵਾਂਗੇ ਜੀ ਬਰੋਕਲੀ। ਬਰੋਕਲੀ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਅਤੇ ਬਹੁਤ ਫਾਇਦੇਮੰਦ ਵੀ ਹੈ। ਚਲੋ ਜੀ, ਅੱਜ ਅਸੀਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਇਹਨੂੰ ਕੱਟ ਲਾਂਗੇ। ਲਓ ਜੀ, ਦੇਖੋ ਬਰੋਕਲੀ ਅਸੀਂ ਕੱਟ ਲਈ ਹੈ। ਇਹਦੇ ਡੰਡਲ ਹੈ, ਬਹੁਤ ਕੂਲੇ ਆ ਇਹਦੇ ਡੰਡਲ। ਇਹ ਵੀ ਅਸੀਂ ਕੱਟ ਲਾਂਗੇ ਵਿੱਚ ਹੀ। ਲਓ ਜੀ, ਹੁਣ ਮੈਂ ਇਹਦਾ ਦੇਖੋ ਤਿੰਨ ਟਮਾਟਰ ਲੈ ਰਹੀ ਹਾਂ, ਤਿੰਨ ਪਿਆਜ਼ ਲਏ ਨੇ, ਤਿੰਨ ਚਾਰ ਹਰੀਆਂ ਮਿਰਚਾਂ, ਇੱਕ ਆਲੂ ਲੈ ਲਿਆ। ਆਲੂ ਮੈਂ ਵੱਡੇ ਸਾਈਜ਼ ਦਾ ਲਿਆ ਅਤੇ ਥੋੜ੍ਹੇ ਜਿਹੇ ਹਰੇ ਮਟਰ ਲੈ ਲਏ ਨੇ। ਇਹਨਾਂ ਨੂੰ ਅਸੀਂ ਕੱਟ ਕੇ ਧੋ ਕੇ ਗ੍ਰਾਇੰਡ ਕਰ ਲਾਂਗੇ। ਅਤੇ ਇੱਧਰ ਬਰੋਕਲੀ ਨੂੰ ਮੈਂ ਪਾਣੀ 'ਚ ਉਬਾਲ ਲਾਂਗੀ ਸਭ ਤੋਂ ਪਹਿਲਾਂ। ਲਓ ਜੀ, ਪਾਣੀ ਸਾਡਾ ਗਰਮ ਹੋ ਗਿਆ। ਇਹਦੇ ਵਿੱਚ ਬਰੋਕਲੀ ਨੂੰ ਪਾਵਾਂਗੇ ਅਤੇ ਇਹਨੂੰ ਉਬਾਲ ਲਾਂਗੇ। 5 ਕੁ ਮਿੰਟ ਅਸੀਂ ਇਹਨੂੰ ਉਬਾਲ ਲਾਂਗੇ ਚੰਗੀ ਤਰ੍ਹਾਂ। ਲਓ ਜੀ, ਮਿਕਸ ਕਰਦੇ ਰਵਾਂਗੇ ਅਸੀਂ ਨਾਲ ਨਾਲ ਇਹਨੂੰ। ਉੱਧਰ ਅਸੀਂ ਤੜਕੇ ਦੀ ਤਿਆਰੀ ਕਰਦੇ ਹਾਂ ਜਦੋਂ ਤੱਕ ਇਹ ਉਬਲਦੀ ਹੈ। ਕੜਾਹੀ 'ਚ ਮੈਂ ਤੇਲ ਪਾ ਲਿਆ, ਤੇਲ ਸਾਡਾ ਗਰਮ ਹੋ ਗਿਆ। ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਜ਼ੀਰਾ ਪਾਵਾਂਗੀ। ਜ਼ੀਰੇ ਨੂੰ ਭੁੰਨਾਂਗੇ ਥੋੜ੍ਹੀ ਦੇਰ। ਹੁਣ ਮੈਂ ਇਹਦੇ ਵਿੱਚ ਪਿਆਜ਼ ਅਤੇ ਹਰੀ ਮਿਰਚ ਪਾਵਾਂਗੀ। ਲਓ ਜੀ, ਪਿਆਜ਼ ਅਤੇ ਹਰੀ ਮਿਰਚ ਪਾ ਕੇ ਮਿਕਸ ਕਰਾਂਗੇ ਇਹਨੂੰ। ਅਸੀਂ ਇਹਨੂੰ ਜ਼ਿਆਦਾ ਨਹੀਂ ਭੁੰਨਣਾ, ਥੋੜ੍ਹਾ ਥੋੜ੍ਹਾ ਜਿਹਾ ਬਸ ਕਲਰ ਚੇਂਜ ਕਰਨਾ ਮਾੜਾ ਜਿਹਾ। ਨਮਕ ਪਾਵਾਂਗੀ ਮੈਂ। ਨਮਕ ਤੁਸੀਂ ਆਪਣੇ ਟੇਸਟ ਅਕੋਰਡਿੰਗ ਪਾਉਣਾ। ਮਿਕਸ ਕਰਾਂਗੇ ਚੰਗੀ ਤਰ੍ਹਾਂ ਇਹਨੂੰ। ਨਮਕ ਇਸ ਕਰਕੇ ਪਾਉਣਾ ਹੈ ਨਾਲ ਹੀ, ਕਿਉਂਕਿ ਫਿਰ ਨਮਕ ਪਾਉਣ ਨਾਲ ਪਿਆਜ਼ ਜਲਦੀ ਭੁੱਜ ਜਾਂਦਾ ਹੈ। ਹੁਣ ਮੈਂ ਇਹਦੇ ਵਿੱਚ ਅਦਰਕ ਲਸਣ ਦਾ ਪੇਸਟ ਪਾ ਰਹੀ ਹਾਂ। ਮਿਕਸ ਕਰਾਂਗੇ। ਲਓ ਜੀ, ਇੱਧਰ ਸਾਡੀ ਬਰੋਕਲੀ ਨੂੰ ਵੀ ਅਸੀਂ ਉਬਾਲ ਲਿਆ ਪਾਣੀ 'ਚ 4-5 ਮਿੰਟ। ਹੁਣ ਅਸੀਂ ਇਹਨੂੰ ਕੱਢ ਲਾਂਗੇ। ਇਹ ਦੇਖੋ, ਲਓ ਜੀ, ਇੱਧਰ ਸਾਡਾ ਪਿਆਜ਼ ਵੀ ਥੋੜ੍ਹਾ ਹੋ ਗਿਆ, ਕਲਰ ਚੇਂਜ ਹੋ ਗਿਆ। ਹੁਣ ਇਹਦੇ ਵਿੱਚ ਮੈਂ ਟਮਾਟਰ ਪਾਵਾਂਗੀ। ਟਮਾਟਰ ਵੀ ਮੈਂ ਗ੍ਰਾਇੰਡ ਕਰ ਲਏ ਸੀ। ਮਿਕਸ ਕਰਾਂਗੇ। ਲਓ ਜੀ, ਇਹ ਦੇਖੋ 1 ਮਿੰਟ ਬਸ ਮੈਂ ਇਹਨੂੰ ਰੱਖਿਆ। ਹੁਣ ਮੈਂ ਇਹਦੇ ਵਿੱਚ ਹਲਦੀ ਪਾ ਦਾਂਗੀ। 1 ਚਮਚ ਪਾਇਆ ਮੈਂ ਹਲਦੀ ਦਾ। ਥੋੜ੍ਹੀ ਜਿਹੀ ਮੈਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾ ਦਾਂਗੀ। ਕਸ਼ਮੀਰੀ ਲਾਲ ਮਿਰਚ ਪਾਉਣ ਨਾਲ ਜਿਹੜਾ ਸਬਜ਼ੀ ਦਾ ਕਲਰ ਹੈ ਬਹੁਤ ਵਧੀਆ ਹੁੰਦਾ ਹੈ। ਹੁਣ ਅਸੀਂ ਇਹਨੂੰ ਭੁੰਨਾਂਗੇ ਜਦੋਂ ਤੱਕ ਕਿ ਤੜਕਾ ਜਿਹੜਾ ਆਪਣਾ ਤੇਲ ਨਹੀਂ ਛੱਡ ਦਿੰਦਾ। ਹਰੀ ਮਟਰ ਮੈਂ ਨਾਲ ਹੀ ਪਾ ਦਾਂਗੀ। ਹੁਣ ਅਸੀਂ ਇਹਨੂੰ 2 ਕੁ ਮਿੰਟ ਵਾਸਤੇ ਭੁੰਨਾਂਗੇ। ਲਓ ਜੀ, 2 ਕੁ ਮਿੰਟ ਹੋ ਗਏ ਨੇ। ਦੇਖੋ ਤੇਲ ਛੱਡ ਦਿੱਤਾ ਤੜਕੇ ਨੇ। ਹੁਣ ਮੈਂ ਥੋੜ੍ਹਾ ਜਿਹਾ ਪਾਣੀ ਮਿਲਾਵਾਂਗੀ ਇਹਦੇ ਵਿੱਚ ਤਾਂ ਕਿ ਜਿਹੜੇ ਮਸਾਲੇ ਆ ਉਹ ਮਿਕਸ ਹੋ ਜਾਣ ਚੰਗੀ ਤਰ੍ਹਾਂ। ਦੇਖੋ, ਹੁਣ ਮੈਂ ਇਹਦੇ ਵਿੱਚ ਬਰੋਕਲੀ ਪਾ ਦਾਂਗੀ। ਬਰੋਕਲੀ ਪਾ ਕੇ ਮਿਕਸ ਕਰਾਂਗੇ ਚੰਗੀ ਤਰ੍ਹਾਂ ਇਹਨੂੰ। ਅਤੇ ਨਾਲੇ ਹੁਣ ਮੈਂ ਇਹਦੇ ਨਾਲ ਹੀ ਆਲੂ ਪਾ ਦਾਂਗੀ। ਆਲੂ ਪਾ ਕੇ ਮਿਕਸ ਕਰਾਂਗੇ। ਲਓ ਜੀ, ਹੁਣ ਮੈਂ ਇਹਨੂੰ ਢੱਕ ਕੇ ਪਕਾਵਾਂਗੀ। ਇਹ ਦੇਖੋ ਫਰੈਂਡਸ, 2 ਕੁ ਮਿੰਟ ਹੋ ਗਏ ਨੇ ਪੱਕਦੇ ਨੂੰ। ਮਿਕਸ ਕਰਾਂਗੇ ਅਸੀਂ ਇਹਨੂੰ ਚੰਗੀ ਤਰ੍ਹਾਂ, ਦੇਖ ਲਾਂਗੇ। ਲਓ ਜੀ,
ਕੜਛੀ ਅਸੀਂ ਚਲਾ ਦਿੱਤੀ ਹੈ, ਫਿਰ ਅਸੀਂ ਇਹਨੂੰ ਢੱਕ ਕੇ ਪਕਾਵਾਂਗੇ। ਹਾਲੇ ਸਬਜ਼ੀ ਹੋਈ ਨਹੀਂ ਹੈ। ਲਓ ਜੀ ਦੇਖੋ 4-5 ਮਿੰਟ ਹੋ ਗਏ ਨੇ, ਕਿੰਨਾ ਵਧੀਆ ਕਲਰ ਆਇਆ ਸਬਜ਼ੀ ਦਾ। ਸਬਜ਼ੀ ਸਾਡੀ ਬਣ ਕੇ ਤਿਆਰ ਹੈ। ਲਓ ਜੀ ਹੁਣ ਅਸੀਂ ਇਹਦੇ ਵਿੱਚ ਗਰਮ ਮਸਾਲਾ ਐਡ ਕਰਾਂਗੇ। ਥੋੜ੍ਹਾ ਜਿਹਾ ਅਮਚੂਰ ਪਾਊਡਰ ਪਾਵਾਂਗੇ, ਮਿਕਸ ਕਰਾਂਗੇ। ਲਓ ਜੀ ਸਾਡੀ ਬਰੋਕਲੀ ਦੀ ਸਬਜ਼ੀ ਬਣ ਕੇ ਬਿਲਕੁਲ ਰੈਡੀ ਹੈ। ਤੁਸੀਂ ਵੀ ਆਪਣੇ ਘਰ 'ਚ ਟਰਾਈ ਕਰਿਓ। ਥੈਂਕ ਯੂ।